ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ, ਅਤੇ ਅੱਜ ਮੇਰੇ ਨਾਲ ਆਪਣੇ ਵੀਰ ਹੈਗੇ ਰਜਿੰਦਰ ਸਿੰਘ ਜੀ, ਸੈਲਡ ਮਾਸਟਰ ਵਾਲੇ। ਸੋ ਇਹਨਾਂ ਦਾ ਸਟਾਲ ਆ ਜੀ ਰਾਮਾ ਮੰਡੀ 'ਚ, ਸੈਲਡ ਮਾਸਟਰ ਦਾ, ਜਿਹੜੇ ਵੈੱਜ ਖਾਣ ਦੇ ਸ਼ੌਕੀਨ ਆ ਅਤੇ ਹੈਲਦੀ ਖਾਣ ਦੇ ਸ਼ੌਕੀਨ ਆ, ਉਹ ਵਿਜਿਟ ਕਰ ਸਕਦੇ ਆ। ਕਿਉਂ ਭਾਜੀ? ਬਿਲਕੁਲ ਜੀ, ਠੀਕ ਹੈ ਜੀ। ਅਤੇ ਅੱਜ ਦਾ ਬਲੌਗ ਤੁਹਾਨੂੰ ਲੈ ਕੇ ਚੱਲਦੇ ਜੀ ਮਹੱਲੇ 'ਤੇ, ਸਿੰਘਾਂ ਦਾ ਮਹੱਲਾ, ਉਹਦੀ ਚੜ੍ਹਦੀ ਕਲਾ, ਉਹਦੇ ਜੌਹਰ ਉਦੋਂ ਦਿਖਾਉਣੇ ਆ। ਕਿਉਂ ਭਾਜੀ? ਬਿਲਕੁਲ ਜੀ, ਬਿਲਕੁਲ। ਆਪਾਂ ਜਾ ਰਹੇ ਜੀ ਕਿੱਥੇ ਅੱਜ? ਅੱਜ ਧੰਨੋਵਾਲੀ ਜਾ ਰਹੇ ਹਾਂ ਜੀ, ਧੰਨੋਵਾਲੀ ਤੋਂ ਤਲਨ ਸਾਹਿਬ ਨੂੰ ਜਾ ਰਹੇ ਹਾਂ ਜੀ ਅੱਜ ਮਹੱਲਾ। ਠੀਕ ਹੈ ਜੀ, ਧੰਨੋਵਾਲੀ ਤੋਂ ਮਹੱਲਾ ਸਟਾਰਟ ਹੋ ਕੇ ਜਦੋਂ ਤਲਨ ਸਾਹਿਬ ਜਾਣਾ ਆ, ਤਾਂ ਆਪਾਂ ਉਹਦਾ ਨਾਲ ਲੈ ਕੇ ਚੱਲਦੇ ਹਾਂ। ਜਾਹੋ ਜਾਲ ਦਿਖਾਉਂਦੇ ਤੁਹਾਨੂੰ, ਸਿੰਘਾਂ ਦਾ ਜਾਹੋ ਜਾ ਲਾਲ, ਸਿੱਖੀ ਦਾ ਜਾਹੋ ਜਲਾਲ। ਕਿਉਂ ਜੀ? ਬਿਲਕੁਲ, ਲਓ ਜੀ ਲੈ ਕੇ ਚੱਲਦੇ। ਸੰਗਤ ਜੀ, ਆਪਾਂ ਪਹੁੰਚ ਚੁੱਕੇ ਹਾਂ ਛਾਉਣੀ ਦੇ ਵਿੱਚ, ਨਿਹੰਗ ਸਿੰਘ ਛਾਉਣੀ ਦੇ 'ਤੇ ਖੁੱਲ੍ਹੇ ਲੰਗਰ ਚੱਲ ਰਹੇ ਆ, ਅਤੇ ਇੱਧਰ ਘੋੜ ਸਵਾਰ ਘੋੜਿਆਂ ਨੂੰ ਐਂ ਨਲਾ ਧੁਆ ਰਹੇ ਆ, ਖਾਣਾ ਰਾਣਾ ਪਾ ਰਹੇ ਆ ਸਿੰਘ। ਇੱਧਰ ਫੌਜਾਂ ਤਿਆਰ ਬਰ ਤਿਆਰ, ਮਹਾਰਾਜ ਦੀ ਕਿਰਪਾ ਦੇ ਨਾਲ ਆਉਣ ਵਾਲੀਆਂ ਸੰਗਤਾਂ ਦੇ ਲਈ ਖੁੱਲ੍ਹੇ ਗੱਫੇ, ਚਾਹ ਦੇ, ਦੁੱਧ ਦੇ ਨਾਲ ਪਕੌੜੇ, ਅਤੇ ਕੀਰਤਨ ਚੱਲ ਰਿਹਾ ਕਰਦੇ, ਮਹਾਰਾਜ ਦੇ ਦਰਸ਼ਨ ਨਾਲ ਤੁਹਾਨੂੰ ਕਰਵਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ।
ਹਰੇ ਗੁਰੂ ਜੀ ਕੀ ਫਤਿਹ। ਸਦਾ ਸਿਵ ਸਾਲਾ ਤੇਰੀ ਨਾਮ ਮਨੋ ਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਮਰੋ ਵਾਜੇ ਪੰਛ ਵਰਤ ਘਰ ਪਾਗੇ ਘਰ ਪਾਗੇ ਸ਼ਬਦ ਵਾਜੇ ਸਦਾ ਜਿਤ ਕਰਤਾਰੀਆ ਪੰਛ ਦੁੱਧ ਦੁਆ ਦਾਣਾ ਪੱਠਾ ਤੋੜੀ ਹਾਜ਼ਰ ਕੀਤਾ ਹੈ। ਕਿਰਪਾ ਕਰੋ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ ਮਹਾਰਾਜ ਜੀਓ, ਹਰ ਮਦਾਨ ਫਤਿਹ ਕਰਨੇ ਗਰੀਬ ਨਵਾਜ਼ ਕਰੋ। ਕਿਰਪਾ ਆਪ ਆਪਣੇ ਪਵਿੱਤਰ ਹੁਕਮ ਬਖਸ਼ ਕੇ ਸੰਗਤਾਂ ਨੂੰ ਨਿਹਾਲ ਨਿਹਾਲ ਕਰੋ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ੋ ਪਾਤਸ਼ਾਹ ਜੀਓ। ਆਪ ਜੀ ਦੇ ਹਜ਼ੂਰ ਅੰਤਮਈ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤੇ ਸ਼ਹੀਦੀ ਰਗੜੇ ਸੱਜ ਕੇ ਹਾਜ਼ਰ ਨੇ। ਆਪ ਜੀ ਭੋਗ ਲਾਵੋ, ਭੋਗ ਲੱਗਾ ਸੀਤਲ ਪ੍ਰਸਾਦ, ਸਾਹ ਸੰਗਤ ਵਿੱਚ ਵਰਤੇ ਜੋ ਜੀ ਛੁਪੇ ਆਪ ਦੇ ਸਤਨਾਮ ਵਾਹਿਗੁਰੂ ਨਾਮ ਜਪੇ ਮਹਾਰਾਜ ਜੀਓ। ਕਰੋ ਕਿਰਪਾ ਅੜੇ ਸੋ ਚੜੇ ਸਨ ਪਰੇ ਸੋ ਤਰੇ ਕਲਾ ਆਪ ਦੀ ਵਰਤੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਦਾ ਵਧਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੁਧਾਰ ਹੋ ਜਾਵੇ। ਅਰਦਾਸ ਬੇਨਤੀ ਹੋ ਚੁੱਕੀ ਹੈ ਸੰਗਤ ਜੀ, ਅਤੇ ਫੌਜਾਂ ਤਿਆਰ ਵਰ ਤਿਆਰ, ਇਹਦਾ ਨਗਾਰੇ ਸਜਾਏ ਜਾ ਰਹੇ ਘੋੜਿਆਂ 'ਤੇ, ਅਤੇ ਘੋੜੇ ਵੀ ਤਿਆਰ ਵਰ ਤਿਆਰ ਆ, ਅਤੇ ਸੰਗਤਾਂ 'ਚ ਵਾਹਵਾ ਉਤਸ਼ਾਹ ਆ। ਸੋ ਸੰਗਤਾਂ ਵੀ ਉਡੀਕਦੀਆਂ ਜਦੋਂ ਮੁਹੱਲੇ ਦਾ ਚਾਲਾ ਪਵੇ ਜੀ। ਇੱਧਰ ਸਾਡੇ ਰਜਿੰਦਰ ਭਾਅ ਜੀ, ਹੋਰ ਭਾਅ ਜੀ ਕੀ ਹਾਲ ਚਾਲ ਆ? ਠੀਕ ਹੈ ਜੀ। ਆ ਸਾਡੇ ਬਲੈਤੀਆ ਸਾਹਿਬ, ਜਗਾਰਾ ਲਾ ਦੇ ਸਤਿ ਸ਼੍ਰੀ ਅਕਾਲ।
ਚੜਾ ਦਿਓ ਬਾਬੇ ਨੂੰ, ਚੜਾ ਦਿਓ ਬਾਬੇ ਨੂੰ, ਫੜ ਘੋੜੇ ਹਾਲਾ ਕੋ ਟੁੱਟਾ ਨਹੀਂ ਕੋਈ ਨਹੀਂ, ਇਧਰੋਂ ਨਹੀਂ ਇਧਰੋਂ ਸਹੀ ਆ ਤੂੰ ਤਾਂ ਮੈਂ ਆਪੇ ਚੜਾ ਜਾਣਾ ਚੜਾ ਜਾ ਆ ਮੇਰਾ ਹੱਥ ਫੜ ਓਏ ਓਏ ਨਗਾਰਿਆਂ ਦੀ ਚੋੜ ਤੇ ਮਹੱਲੇ ਦਾ ਆਗਾਜ਼ ਹੋਇਆ ਜੀ। ਨਿਸ਼ਾਨਚੀ ਸਿੰਘ, ਉਸ ਤੋਂ ਬਾਅਦ ਜਥੇਦਾਰ ਸਾਹਿਬ ਤੇ ਉਸ ਤੋਂ ਬਾਅਦ ਖਾਲਸਾਈ ਫੌਜ। ਸੋ ਪਿੱਛੇ ਸਾਰੀਆਂ ਸੰਗਤਾਂ ਵੀ ਨਾਲ ਮਹੱਲੇ ਤੇ ਜਾ ਰਹੀਆਂ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਕਰਮਣ ਜੀ ਆਪਾਂ ਪਹੁੰਚੇ ਗੁਰਦੁਆਰਾ ਦਾ ਬਾਬਾ ਦਸਾਂ ਜੀ ਦੇ ਤੇ ਮਹੱਲਾ ਧਨਵਾਲੀ ਤੋਂ ਚੱਲ ਕੇ ਗੁਰਦੁਆਰਾ ਸਾਹਿਬ ਪਹੁੰਚਿਆ ਜੀ। ਕਮੇਟੀ ਵੱਲੋਂ ਮਹੱਲੇ ਦਾ ਮਾਣ ਸਤਿਕਾਰ ਕੀਤਾ ਜਾ ਰਿਹਾ। ਸਤਨਾਮ ਵਾਹਿਗੁਰੂ, ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਜਿੱਦਾਂ ਮਹਾਰਾਜ ਦਾ ਬਚਨ ਸੀ ਕਿ ਜਦੋਂ ਮਹੱਲਾ ਨਿਕਲੇਗਾ ਮੈਂ ਉਹਦੇ ਵਿੱਚ ਆਪ ਹਾਜ਼ਰ ਰਵਾਂਗੇ। ਸੋ ਪੁਰਾਤਨ ਮਰਿਆਦਾ ਅਨੁਸਾਰ ਅੱਜ ਵੀ ਸਭ ਤੋਂ ਪਹਿਲਾਂ ਮਹਾਰਾਜ ਦਾ ਘੋੜਾ ਹੁੰਦਾ ਆ, ਉਸ ਤੋਂ ਬਾਅਦ ਛੰਨ ਸ਼ੌਕਤ ਊਠ ਸ਼ਾਂਚੀ ਸਿੰਘ ਉਹ ਸਭ ਕੁਝ ਜੀ। ਜੋਸ਼ ਬੱਚਿਆਂ ਨੂੰ ਦੇਖਦੇ ਤੁਸੀਂ, ਇਹ ਸਿੱਖੀ ਵਾਲਾ ਬੂਟਾ ਹੈਗਾ। ਜਿਹਨੇ ਆਉਣ ਵਾਲੇ ਟਾਈਮ 'ਚ ਇੱਕ ਸੰਘਣਾ ਬੂਟਾ ਬਣਨਾ ਆ, ਇਹ ਆ ਜੀ ਸਾਡਾ ਜਿਹੜਾ ਕਹਿੰਦੇ ਖਜ਼ਾਨਾ ਆ ਸਿੱਖ ਕੌਮ ਦਾ। ਕਿਆ ਬਾਤ ਹੈ, ਕਿਆ ਬਾਤ ਹੈ, ਚਲੋ ਸ਼ਾਬਾਸ਼ ਜੀ, ਕਿਆ ਬਾਤ ਹੈ। ਆ ਦੇਖੋ ਆਹ ਯਾਰ ਸਿੱਖੀ ਦਾ ਜਜ਼ਬਾ ਦੇਖੋ, ਆ ਛੋਟਾ ਜਿਹਾ ਭਟੰਗੀ ਆ, ਇੱਕ ਬਾਂਹ ਤੋਂ ਸਿਆਖਾ ਜੀ, ਇਹ ਬਾਂਹ ਹੈ ਨਹੀਂ ਇੱਕ। ਦੇਖੋ ਮਹਾਰਾਜ ਦੀ ਕਿਰਪਾ, ਦੇਖੋ ਗਤਕਾ ਖੇਡ ਦਾ ਕਿੱਦਾਂ ਸੋਟੀ ਘੁਮਾਉਂਦਾ ਆ, ਸਾਰੇ ਹੱਥ ਦੇਖੋ ਚਲਾਉਣਾ ਸਾਰਾ ਹੱਥ ਦੇਖ। ਸਿੰਘ ਸਾਹਿਬ ਕੀ ਨਾਮ ਆ? ਹਾਂਜੀ ਲੱਕੀ ਸਿੰਘ। ਕਿਆ ਬਾਤ ਹੈ, ਲੱਕੀ ਸਿੰਘ ਨਾਮ ਹੈ ਜੀ। ਸੋ ਆਪਾਂ ਜਾ ਰਹੇ ਹਾਂ ਸੰਗਤ ਜੀ ਤਲਨ ਗੁਰਦੁਆਰਾ ਸਾਹਿਬ ਸਾਹਮਣੇ ਆ। ਪਿੱਛੇ ਪੈਦਲ ਸਿੰਘਾਂ ਤੋਂ ਬਾਅਦ
ਉਸ ਤੋਂ ਬਾਅਦ ਗੱਡੀਆਂ ਬਹੁਤ ਲੰਬੀ ਕਤਾਰ ਹੈ ਗੱਡੀਆਂ ਜਿਹੜੀਆਂ ਮਹੱਲੇ ਨਾਲ ਆ ਰਹੀਆਂ ਜੀ। ਸੋ ਆਪਾਂ ਪਹੁੰਚ ਚੁੱਕੇ ਹਾਂ ਜੀ ਪਿੰਡ ਤਲਣ ਤੇ ਗੁਰਦੁਆਰਾ ਸਾਹਿਬ ਨੂੰ ਜਾਵਾਂਗੇ। ਸੰਗਤ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਦੇ ਵਿਖੇ ਅਤੇ ਮਹੱਲਾ ਵੀ ਪਹੁੰਚ ਚੁੱਕਾ ਜੀ। ਸੋ ਵੱਡੀ ਗਿਣਤੀ ਦੇ ਵਿੱਚ ਸਿੰਘ ਨਾਲ ਆ, ਨਾਲ ਆ ਜਿਹੜੀ ਆਮ ਸੰਗਤ ਆ ਨਗਰ ਦੀ ਇਲਾਕੇ ਤੋਂ ਆਈ ਹੋਈ ਸਾਰੀ। ਸਾਡੇ
ਕਮਾਲ ਕਰ ਰਿਹਾ। Yeah.
ਸਰਗ ਜਾਵੇ ਹਰੇ ਪਾਵੇ ਜਾਵੇ ਜਾਵੇ ਸਾਧੂ ਸ੍ਰੀ ਅਕਾਲ ਹੈਲੋ ਸੁਮਾ ਸਾਹਿਬ ਤੂੰ ਗੱਡੀ ਮੰਗੀ ਨਹੀਂ ਸੰਗਤ ਜੀ ਮਹੱਲੇ ਦੀ ਸਮਾਪਤੀ ਹੋ ਚੁੱਕੀ ਆ ਅਰਦਾਸਾਂ ਬੇਨਤੀਆਂ ਹੋ ਗਈਆਂ ਮਹਾਰਾਜ ਅੱਗੇ ਬਹੁਤ ਚੜ੍ਹਦੀ ਕਲਾ ਵਿੱਚ ਮਹੱਲਾ ਕੱਢਿਆ ਗਿਆ ਅਤੇ ਨੌਲੀ ਪਿੰਡ ਦੇ ਵਿੱਚ ਅਤੇ ਸੰਗਤਾਂ ਪਿੱਛੇ ਨਾ ਛਕ ਰਹੀਆਂ ਪ੍ਰਸ਼ਾਦਾ ਪਾਣੀ ਜਿੰਨੀਆਂ ਸੰਗਤਾਂ ਨਗਰ ਦੀਆਂ ਇਲਾਕੇ 'ਚੋਂ ਆਈਆਂ ਸੀਗੀਆਂ ਆਪਣੇ ਕੋਲ ਬੈਠੇ ਨੇ ਬਾਬਾ ਦੀਪ ਸਿੰਘ ਜੀ ਅਤੇ ਨੌਲੀ ਤੋਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਦੇ ਮਹੱਲੇ ਦੀਆਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਬਹੁਤ ਚੜ੍ਹਦੀ ਕਲਾ ਵਿੱਚ ਜਿਹੜਾ ਮਹੱਲੇ ਦਾ ਆਗਾਜ਼ ਹੋਇਆ ਅਤੇ ਸਮਾਪਤੀ ਮਹਾਰਾਜ ਨੇ ਆਪ ਵਰਤ ਕੇ ਸਾਰਾ ਕੁਛ ਕੀਤਾ ਅਤੇ ਥੋੜ੍ਹਾ ਜਿਹਾ ਮਹੱਲੇ ਮੈਂ ਦੱਸੋ ਕਿ ਕਿੱਦਾਂ ਕਿਹਨਾਂ ਸ਼ਹੀਦਾਂ ਦੀ ਯਾਦ ਵਿੱਚ ਮਨਾਇਆ ਗਿਆ ਥੋੜ੍ਹਾ ਜਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਅਹਿਮ ਦਿਹਾੜਾ ਆਪਾਂ ਮਨਾਇਆ ਆ ਧੰਨ ਧੰਨ ਅਮਰ ਸ਼ੇਰ ਸਿੰਘ ਸਾਹਿਬ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਜੋ ਕਿ ਹਰਿਮੰਦਰ ਸਾਹਿਬ ਦੇ ਵੀ ਸੱਤਵੇਂ ਜਥੇਦਾਰ ਹੈ ਅਤੇ ਇਹ ਬੜੇ ਹੀ ਸੂਰਵੀਰ ਬੜੇ ਹੀ ਯੋਧੇ ਬੜੇ ਹੀ ਵੀਰ ਰਸੀਏ ਸੀ ਇਹਨਾਂ ਨੇ ਇੰਗਲੈਂਡ 'ਤੇ ਵੀ ਜਿੱਤ ਪ੍ਰਾਪਤ ਕਰ ਲੈਣੀ ਸੀ ਜੇ ਸਾਡੇ ਨਾਲ ਦੇ ਸਾਡੇ ਨਾਲ ਖੜ੍ਹਦੇ ਜੇ ਸਾਡੇ ਨਾਲ ਦੇ ਸਾਡੇ ਨਾਲ ਖੜ੍ਹਦੇ ਕਿਉਂਕਿ ਮਹਾਰਾਜ ਨੇ ਸਾਨੂੰ ਕਿਹਾ ਆ ਖਾਲਸਾ ਖੁਦ ਖੁਦਾ ਮਹਾਰਾਜ ਨੇ ਸਾਨੂੰ ਖੁਦਾ ਦਾ ਰੂਪ ਦਿੱਤਾ ਆ ਪਰ ਕਈ ਵਿਅਕਤੀ ਜਿਹੜੇ ਕਿ ਨਕਲੀ ਬਾਣੇ ਪਾ ਰਹੇ ਨੇ ਨਕਲੀ ਬਾਣੇ ਪਾ ਕੇ ਖੁਦਾ ਨੂੰ ਬਦਨਾਮ ਕਰ ਰਹੇ ਨੇ ਬਾਣੀ ਇਹਨਾਂ ਕੋਲ ਬਾਣਾ ਤਾਂ ਹੈ ਆ ਪਰ ਬਾਣੀ ਨਹੀਂ ਹੈ ਇੰਨੇ ਬਚਨ ਕਰਦਾ ਬਾਕੀ ਸਾਡੇ ਦਸਮ ਦੇ ਗ੍ਰੰਥੀ ਜਿਨ੍ਹਾਂ ਨੇ ਬਹੁਤ ਹੀ ਮਹਾਰਾਜ ਦੀ ਕਿਰਪਾ ਨਾਲ ਗ੍ਰੰਥਾਂ ਦੀ ਵਿੱਦਿਆ ਲਈ ਆ ਬਾਕੀ ਆਪ ਜੀ ਨਾਲ ਉਹ ਭਜਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਣੇ ਕੋਲ ਗਿਆਨੀ ਜੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਬਾਬਾ ਦੀਪ ਸਿੰਘ ਜੀ ਨੇ ਦੱਸਿਆ ਕਿ ਭਾਈ ਸਾਹਿਬ ਦਸਮ ਦੇ ਗ੍ਰੰਥੀ ਨੇ ਜਦੋਂ ਆਮ ਗ੍ਰੰਥੀ ਆਪਾਂ ਘਰਾਂ ਵਿੱਚ ਅਖੰਡ ਪਾਠ ਸਾਹਿਬ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਾਉਂਦੇ ਹਾਂ ਬਾਣੀ ਪੜ੍ਹਦੇ ਹਾਂ ਇੱਦਾਂ ਹੀ ਦਸਮ ਦੀ ਬਾਣੀ ਦੇ ਬਹੁਤ ਘੱਟ ਗ੍ਰੰਥੀ ਮਿਲਦੇ ਕਿਉਂ ਬਾਬਾ ਜੀ ਇੱਦਾਂ ਹੀ ਹੈ ਜੀ ਅਤੇ ਬਾਬਾ ਜੀ ਕਿੱਥੋਂ ਵਿੱਦਿਆ ਪ੍ਰਾਪਤ ਕੀਤੀ ਥੋੜ੍ਹੀ ਜਿਹੀ ਗੱਲਬਾਤ ਦਾਸ ਦਮਦਮੀ ਟਕਸਾਲ ਜਸਾ ਭਿੰਡਰਾਂ ਭਾਣੋ ਲੰਘਾ ਦਾਸ ਦੀ ਵਿੱਦਿਆ ਦਾ ਅਤੇ ਸੰਤ ਗਿਆਨੀ ਸੁਲੱਖਣ ਸਿੰਘ ਜੀ ਖਾਲਸਾ ਭਾਣੋ ਲੰਘੇ ਵਾਲੇ ਮਹਾਂਪੁਰਖ ਜਿਨ੍ਹਾਂ ਤੋਂ ਦਾਸ ਨੇ ਕੁਝ ਸਮਾਂ ਰਹਿ ਕੇ ਉਹਨਾਂ ਕੋਲੋਂ ਸ਼੍ਰੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼੍ਰੀ ਦਸਮ ਮਹਾਰਾਜ ਅਤੇ ਹੋਰ ਬੇਅੰਤ ਕਥਾ ਦੇ ਗ੍ਰੰਥ ਗੁਰਪ੍ਰਤਾਪ ਜੀ ਦੇ ਜੋ ਦਾਸ ਦੇ ਵਿੱਦਿਆ ਗੁਰੂ ਸੰਤ ਗਿਆਨੀ ਸੁਲੱਖਣ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਦਾਸ ਨੂੰ ਵਿੱਦਿਆ ਦੀ ਦਾਤ ਦਿੱਤੀ ਸੋ ਅੱਜ ਜਥੇਦਾਰ ਸਿੰਘ ਸਾਹਿਬ ਮਿਸਲ ਨਵਾਬ ਕਪੂਰ ਸਿੰਘ ਸਾਹਿਬ ਜੀ ਬੁੱਢਾ ਦਲ ਮੌਜੂਦਾ ਮੁਖੀ ਜਥੇਦਾਰ ਬਾਬਾ ਦਵਿੰਦਰ ਸਿੰਘ ਜੀ ਅਕਾਲੀ 96 ਕਰੋੜੀ ਜਿਨ੍ਹਾਂ ਦੀ ਦੇਖ ਰੇਖ ਅੰਦਰ ਇਹ ਜੋ ਅੱਜ ਵਿਸ਼ਾਲ ਮਹੱਲੇ ਦਾ ਪ੍ਰਬੰਧ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਬਹੁਤ ਸਾਰਾ ਸਹਿਯੋਗ ਦਿੱਤਾ ਆਪਣੇ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਜਿਹੜੇ ਕਿ ਆਪਣੇ ਇਸੇ ਨਗਰ ਪਿੰਡ ਧੰਨੋਵਾਲ ਦੇ ਨੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਦੇ ਸਿੰਘਾਂ ਦੇ ਸਹਿਯੋਗ ਦੇ ਨਾਲ ਅੱਜ ਜਿਹੜਾ ਦਲ ਪੰਥ ਦਾ ਉਤਾਰਾ ਪਿਛਲੇ 2 ਦਿਨਾਂ ਤੋਂ ਇੱਥੇ ਕਰਵਾਇਆ ਗਿਆ ਜਿੱਥੇ ਕਿ ਕੀਰਤਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਦਾ ਸਵੇਰੇ ਅੰਮ੍ਰਿਤ ਵੇਲੇ ਨਿਤਨੇਮ ਭਜਨ ਬੰਦਗੀ ਸੇਵਾ ਸਿਮਰਨ ਦੀਆਂ ਦਾਤਾਂ ਘੋੜੇ ਦੀਆਂ ਸਾਰਾ ਜਿਹੜਾ ਪ੍ਰੋਗਰਾਮ ਸੀ ਇਹਨਾਂ ਫੌਜਾਂ ਨੇ ਕੀਤਾ ਸੋ ਇਹ ਜਿਹੜਾ ਜੋੜ ਮੇਲਾ ਸੀ ਇਹ ਬੁੱਢੇ ਦਲ ਦੇ 7ਵੇਂ ਜਥੇਦਾਰ ਸਿੰਘ ਸਾਹਿਬ ਬਾਬਾ ਹਨੂੰਮਾਨ ਸਿੰਘ ਸਾਹਿਬ ਜੀ 96 ਕਰੋੜੀ ਜਿਨ੍ਹਾਂ ਦੀ ਸਾਲਾਨਾ ਯਾਦ ਦੇ ਵਿੱਚ ਜਿਹੜਾ ਇਹ ਮੁਹੱਲਾ ਜਿਹੜਾ ਇਹ ਅੱਜ ਸਜਾਇਆ ਗਿਆ ਜਿਸ ਵਿੱਚ ਇਲਾਕੇ ਤੋਂ ਦੂਰ ਦਰੇਡੇ ਹੋਰ ਵੀ ਬਹੁਤ ਮਹਾਂਪੁਰਸ਼ ਸਾਧੂ ਸੰਤ ਪਹੁੰਚੇ ਬਹੁਤ ਬੇਅੰਤ ਫੌਜਾਂ ਨੇ ਹਾਜ਼ਰੀਆਂ ਭਰੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਮਹਾਰਾਜ ਚੜ੍ਹਦੀ ਕਲਾ ਕਰੇ ਆਪਣੇ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਦੇ ਮੇਹਰ ਭਰੇ ਹੱਥ ਰੱਖਣ ਤਾਂ ਜੋ ਇਸੇ ਤਰ੍ਹਾਂ ਜਿਹੜੇ ਵਾ
ਵੀ ਉਪਰਾਲੇ ਕਰਦੇ ਰਹਿਣ, ਖਾਲਸੇ ਦਾ ਪੰਥ ਪ੍ਰਚਾਰ ਪ੍ਰਸਾਰ ਦੀ ਜਿਹੜਾ ਆ ਉਹ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਕਾਰੇ ਇੱਕ ਜਾਵੇ ਫਤਿਹ ਪਾਵੇ, 96 ਕਰੋੜ ਸ਼ਹੀਦ ਸਿੰਘਾਂ ਨੂੰ ਪਾਵੇ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।